ਨਗਰ ਕੀਰਤਨ ਦੇ ਦੌਰਾਨ ਕਰੰਟ ਲੱਗਣ ਕਾਰਨ 2 ਸ਼ਰਧਾਲੂਆਂ ਦੀ ਮੌਤ ਹੋਈ ਹੈ ਅਤੇ 6 ਤੋਂ 7 ਸ਼ਰਧਾਲੂ ਗੰਭੀਰ ਜ਼ਖਮੀ ਹੋਏ ਨੇ। ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੋਗਾ ਦੇ ਪਿੰਡ ਕੋਟ ਸਦਰ ਖਾਂ ਵਿਖੇ ਖਾਲਸਾਈ ਜਾਹੋ ਜਲਾਲ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ ਸੀ ਅਤੇ ਇਹ ਨਗਰ ਕੀਰਤਨ ਪਿੰਡ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਅਗਾਂਹ ਨੂੰ ਜਾ ਰਿਹਾ ਸੀ ਅਤੇ ਇੰਨੇ ਚਿਰ ਨੂੰ ਹੀ ਜੋ ਪਾਲਕੀ ਸਾਹਿਬ ਦਾ ਉੱਪਰਲਾ ਹਿੱਸਾ ਹੁੰਦਾ ਹੈ ਉਹ ਹਾਈ ਵੋਲਟੇਜ ਤਾਰਾਂ ਦੇ ਨਾਲ ਜਾ ਟਕਰਾਉਂਦਾ, ਜਿਸ ਤੋਂ ਬਾਅਦ ਕਰੰਟ ਲੱਗਣ ਦੇ ਨਾਲ 2 ਸ਼ਰਧਾਲੂਆਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ ਅਤੇ ਇਸ ਕਰੰਟ ਲੱਗਣ ਦੇ ਨਾਲ 4 ਸ਼ਰਧਾਲੂ ਜੋ ਨੇ ਉਹ ਬੁਰੀ ਤਰ੍ਹਾਂ ਕਰੰਟ ਦੇ ਨਾਲ ਝੁਲਸਦੇ ਨੇ ਅਤੇ ਦੱਸਿਆ ਜਾ ਰਿਹਾ ਕਿ 6 ਤੋਂ 7 ਸ਼ਰਧਾਲੂ ਹਜੇ ਵੀ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਹਸਪਤਾਲ ਵਿਖੇ ਚੱਲ ਰਿਹਾ। 5 ਪਿਆਰਿਆਂ ਦੀ ਅਗਵਾਈ ਦੇ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ ਅਤੇ ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਅਤੇ ਰਾਹ ਦੇ ਵਿਚਾਲੇ ਹੀ ਹਾਈ ਵੋਲਟੇਜ ਤਾਰਾਂ ਦੇ ਨਾਲ ਪਾਲਕੀ ਸਾਹਿਬ ਦਾ ਜੋ ਉੱਪਰਲਾ ਹਿੱਸਾ ਹੁੰਦਾ ਉਹ ਟਕਰਾਉਂਦਾ, ਜਿਸ ਤੋਂ ਬਾਅਦ ਪਾਲਕੀ ਸਾਹਿਬ 'ਚ ਕਰੰਟ ਆਉਣ ਕਾਰਨ 2 ਸ਼ਰਧਾਲੂਆਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ ਅਤੇ 6 ਤੋਂ 7 ਸ਼ਰਧਾਲੂ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦਾ ਹਜੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ। ਮੋਗਾ ਦੇ ਪਿੰਡ ਕੋਟ ਸਦਰ ਖਾਂ ਵਿਖੇ ਇਹ ਦਰਦਨਾਕ ਘਟਨਾ ਵਾਪਰੀ ਹੈ ਅਤੇ ਪਿੰਡ ਦੇ ਵੱਖ ਵੱਖ ਇਲਾਕਿਆਂ 'ਚੋਂ ਜੋ ਨਗਰ ਕੀਰਤਨ ਸੀ ਉਹ ਨਿਕਲ ਰਿਹਾ ਸੀ ਅਤੇ ਸੰਗਤਾਂ ਦੇ ਵਿੱਚ ਇੱਕ ਸ਼ਰਧਾ ਭਾਵ ਨਾਲ ਸਦਕਾ ਵੱਡੀ ਗਿਣਤੀ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਹੋਈ ਸੀ ਅਤੇ ਇੰਨੇ ਚਿਰ ਨੂੰ ਹੀ ਜਦ ਪਾਲਕੀ ਸਾਹਿਬ ਵਿੱਚ ਕਰੰਟ ਆ ਜਾਂਦਾ ਤਾਂ ਮੌਕੇ 'ਤੇ ਸੰਗਤਾਂ ਦੇ ਵਿਚਾਲੇ ਭਾਜੜਾਂ ਪੈ ਜਾਂਦੀਆਂ ਨੇ ਅਤੇ 4 ਸ਼ਰਧਾਲੂ ਜੋ ਨੇ ਉਹ ਬੁਰੀ ਤਰ੍ਹਾਂ ਝੁਲਸਦੇ ਨੇ ਕਰੰਟ ਦੇ ਨਾਲ ਅਤੇ 6 ਤੋਂ 7 ਸ਼ਰਧਾਲੂ ਹਜੇ ਵੀ ਜ਼ਖਮੀ ਨੇ ਜਿਨ੍ਹਾਂ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਅਤੇ ਇਸੇ ਘਟਨਾ ਦੇ ਵਿਚਾਲੇ 2 ਸ਼ਰਧਾਲੂਆਂ ਦੀ ਮੌਤ ਹੋਈ ਹੈ। ਸਰ, ਗੁਰਦੁਆਰਾ ਸਾਹਿਬ ਨਗਰ ਕੀਰਤਨ ਕੱਢ ਰਹੇ ਸੀ ਅਤੇ ਕੀ ਘਟਨਾ ਵਾਪਰੀ ਸਾਰੀ ਜਾਣਕਾਰੀ ਦਿਓ। ਹਾਂਜੀ, ਇੱਕ ਬਹੁਤ ਹੀ ਅਨਫੋਰਚੁਨੇਟ ਇੰਸੀਡੈਂਟ ਹੋਇਆ ਜੀ। ਪਿੰਡ ਕੋਟ ਸਦਰ ਖਾਂ ਨਗਰ ਕੀਰਤਨ ਦੌਰਾਨ ਉਹ ਪਾਲਕੀ ਸਾਹਿਬ ਉੱਤੇ ਤਾਰਾਂ ਸੀਗੀਆਂ 11 KV ਦੀਆਂ, ਉਹਨਾਂ ਨੂੰ ਟੱਚ ਕਰ ਗਈ ਅਤੇ ਉਹ ਕਰੰਟ ਲੱਗਣ ਨਾਲ 2 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 6-7 ਜਣੇ ਇਹਦੇ ਅੰਦਰ ਇੰਜਰਡ ਹੈਗੇ ਆ ਜਿਹੜੇ ਜੇਰੇ ਇਲਾਜ ਨੇ। ਜਿਹਨਾਂ ਦੀ ਮੌਤ ਹੋਈ ਹੈ ਕੀ ਨਾਮ ਹੈ ਜੀ? ਇੱਕ ਤਾਂ ਹੈਗੇ ਜੀ ਰਣਜੀਤ ਸਿੰਘ ਨੇ, ਉਹਨਾਂ ਰੋਡੇਵਾਲ ਪਿੰਡ ਤੋਂ ਫਿਰੋਜ਼ਪੁਰ ਤੋਂ, ਅਤੇ ਇੱਕ ਜੋਗਿੰਦਰ ਕੌਰ ਨੇ ਜੀ ਉਹ ਹੈਗੇ ਆਪਣਾ ਪਦਰੀ ਪਿੰਡ ਤੋਂ, ਫਿਰੋਜ਼ਪੁਰ 'ਚ ਹੀ ਪੈਂਦੇ ਆ ਦੋਨੇ। ਤਾਂ ਨਗਰ ਕੀਰਤਨ ਚੱਲਦੇ ਨਗਰ ਕੀਰਤਨ 'ਚ ਇੰਸੀਡੈਂਟ ਹੋਇਆ ਅਤੇ ਬਹੁਤ ਹੀ ਅਨਫੋਰਚੁਨੇਟ ਇੰਸੀਡੈਂਟ ਹੋਇਆ ਜੀ। ਅਤੇ ਜਿਵੇਂ ਦਾ ਵੀ ਫੈਮਿਲੀ ਵੱਲੋਂ ਜੋ ਵੀ ਸਟੇਟਮੈਂਟ ਆਊਗੀ ਉਸ ਹਿਸਾਬ ਨਾਲ ਅੱਗੇ ਕਾਰਵਾਈ ਕੀਤੀ। ਅਜੇ ਕੋਈ ਉੱਧਰੋਂ ਜਿਹੜੇ ਗੁਰਦੁਆਰੇ ਸਾਹਿਬ ਤੋਂ ਕੋਈ ਜਿਹੜਾ ਪ੍ਰਬੰਧਕ ਆ ਉਹਨਾਂ ਨਾਲ ਤੁਹਾਡਾ ਕੋਈ ਰਾਬਤਾ ਕਾਇਮ ਹੋਇਆ ਜਾਂ ਨਹੀਂ? ਹਲੇ ਨਹੀਂ ਹੋਇਆ, ਬਿਕੋਜ਼ ਸਾਨੂੰ ਇਨਫੋਰਮੇਸ਼ਨ ਆਈ ਹੈ ਅਤੇ ਮੈਂ ਇੱਧਰੋਂ ਫ੍ਰੀ ਹੋ ਕੇ ਫਿਰ ਉੱਧਰ ਜਾ ਕੇ ਫਿਰ ਆਪਾਂ ਦੇਖਦੇ ਹਾਂ ਕਿੱਦਾਂ ਦਾ। ਨਗਰ ਕੀਰਤਨ ਦੇ ਦੌਰਾਨ ਕਰੰਟ ਲੱਗਣ ਕਾਰਨ 2 ਸ਼ਰਧਾਲੂਆਂ ਦੀ ਮੌਤ ਹੋਈ ਹੈ ਅਤੇ 6 ਤੋਂ 7 ਸ਼ਰਧਾਲੂ ਗੰਭੀਰ ਜ਼ਖਮੀ ਹੋਏ ਨੇ। ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੋਗਾ ਦੇ ਪਿੰਡ ਕੋਟ ਸਦਰ ਖਾਂ ਵਿਖੇ ਖਾਲਸਾਈ ਜਾਹੋ ਜਲਾਲ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ ਸੀ ਅਤੇ ਇਹ ਨਗਰ ਕੀਰਤਨ ਪਿੰਡ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਅਗਾਂਹ ਨੂੰ ਜਾ ਰਿਹਾ ਸੀ ਅਤੇ ਇੰਨੇ ਚਿਰ ਨੂੰ ਹੀ ਜੋ ਪਾਲਕੀ ਸਾਹਿਬ ਦਾ ਉੱਪਰਲਾ ਹਿੱਸਾ ਹੁੰਦਾ ਹੈ ਉਹ ਹਾਈ ਵੋਲਟੇਜ ਤਾਰਾਂ ਦੇ ਨਾਲ ਜਾ ਟਕਰਾਉਂਦਾ, ਜਿਸ ਤੋਂ ਬਾਅਦ ਕਰੰਟ ਲੱਗਣ ਦੇ ਨਾਲ 2 ਸ਼ਰਧਾਲੂਆਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ ਅਤੇ ਇਸ ਕਰੰਟ ਲੱਗਣ ਦੇ ਨਾਲ 4 ਸ਼ਰਧਾਲੂ ਜੋ ਨੇ ਉਹ ਬੁਰੀ ਤਰ੍ਹਾਂ ਕਰੰਟ ਦੇ ਨਾਲ ਝੁਲਸਦੇ ਨੇ ਅਤੇ ਦੱਸਿਆ ਜਾ ਰਿਹਾ ਕਿ 6 ਤੋਂ 7 ਸ਼ਰਧਾਲੂ ਹਜੇ ਵੀ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਹਸਪਤਾਲ ਵਿਖੇ ਚੱਲ ਰਿਹਾ। 5 ਪਿਆਰਿਆਂ ਦੀ ਅਗਵਾਈ ਦੇ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ ਅਤੇ ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਅਤੇ ਰਾਹ ਦੇ ਵਿਚਾਲੇ ਹੀ ਹਾਈ ਵੋਲਟੇਜ ਤਾਰਾਂ ਦੇ ਨਾਲ ਪਾਲਕੀ ਸਾਹਿਬ ਦਾ ਜੋ ਉੱਪਰਲਾ ਹਿੱਸਾ ਹੁੰਦਾ ਉਹ ਟਕਰਾਉਂਦਾ, ਜਿਸ ਤੋਂ ਬਾਅਦ
ਪਾਲਕੀ ਸਾਹਿਬ 'ਚ ਕਰੰਟ ਆਉਣ ਕਾਰਨ ਦੋ ਸ਼ਰਧਾਲੂਆਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ ਅਤੇ 6 ਤੋਂ 7 ਸ਼ਰਧਾਲੂ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦਾ ਹਜੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ। ਮੋਗਾ ਦੇ ਪਿੰਡ ਕੋਟ ਸਦਰ ਖਾਂ ਵਿਖੇ ਇਹ ਦਰਦਨਾਕ ਘਟਨਾ ਵਾਪਰੀ ਹੈ ਅਤੇ ਪਿੰਡ ਦੇ ਵੱਖ ਵੱਖ ਇਲਾਕਿਆਂ 'ਚੋਂ ਜੋ ਨਗਰ ਕੀਰਤਨ ਸੀ ਉਹ ਨਿਕਲ ਰਿਹਾ ਸੀ ਅਤੇ ਸੰਗਤਾਂ ਦੇ ਵਿੱਚ ਇੱਕ ਸ਼ਰਧਾ ਭਾਵ ਨਾਲ ਸਦਕਾ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਹੋਈ ਸੀ ਅਤੇ ਇੰਨੇ ਚਿਰ ਨੂੰ ਹੀ ਜਦ ਪਾਲਕੀ ਸਾਹਿਬ ਵਿੱਚ ਕਰੰਟ ਆ ਜਾਂਦਾ ਤਾਂ ਮੌਕੇ 'ਤੇ ਸੰਗਤਾਂ ਦੇ ਵਿਚਾਲੇ ਭਾਜੜਾਂ ਪੈ ਜਾਂਦੀਆਂ ਨੇ ਅਤੇ 4 ਸ਼ਰਧਾਲੂ ਜੋ ਨੇ ਉਹ ਬੁਰੀ ਤਰ੍ਹਾਂ ਝੁਲਸਦੇ ਨੇ ਕਰੰਟ ਦੇ ਨਾਲ ਅਤੇ 6 ਤੋਂ 7 ਸ਼ਰਧਾਲੂ ਹਜੇ ਵੀ ਜ਼ਖਮੀ ਨੇ, ਜਿਨ੍ਹਾਂ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਅਤੇ ਇਸੇ ਘਟਨਾ ਦੇ ਵਿਚਾਲੇ 2 ਸ਼ਰਧਾਲੂਆਂ ਦੀ ਮੌਤ ਹੋਈ ਹੈ। ਸਰ, ਗੁਰਦੁਆਰਾ ਸਾਹਿਬ ਨਗਰ ਕੀਰਤਨ ਕੱਢ ਰਹੇ ਸੀ ਅਤੇ ਕੀ ਘਟਨਾ ਵਾਪਰੀ ਸਾਰੀ ਜਾਣਕਾਰੀ ਦਿਓ। ਹਾਂਜੀ, ਇੱਕ ਬਹੁਤ ਹੀ ਅਨਫੋਰਚੁਨੇਟ ਇੰਸੀਡੈਂਟ ਹੋਇਆ ਜੀ। ਪਿੰਡ ਕੋਟ ਸਦਰ ਖਾਂ ਨਗਰ ਕੀਰਤਨ ਦੌਰਾਨ ਉਹ ਪਾਲਕੀ ਸਾਹਿਬ ਉੱਤੇ ਤਾਰਾਂ ਸੀਗੀਆਂ 11 KV ਦੀਆਂ, ਉਹਨਾਂ ਨੂੰ ਟੱਚ ਕਰ ਗਈ ਅਤੇ ਉਹ ਕਰੰਟ ਲੱਗਣ ਨਾਲ 2 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 6-7 ਜਣੇ ਇਹਦੇ ਅੰਦਰ ਇੰਜਰਡ ਹੈਗੇ ਆ ਜਿਹੜੇ ਜੇਰੇ ਇਲਾਜ ਨੇ। ਜਿਹਨਾਂ ਦੀ ਮੌਤ ਹੋਈ ਹੈ ਕੀ ਨਾਮ ਹੈ ਜੀ? ਇੱਕ ਤਾਂ ਹੈਗੇ ਆ ਜੀ ਰਣਜੀਤ ਸਿੰਘ ਨੇ, ਉਹ ਰੋਡੇਵਾਲ ਪਿੰਡ ਤੋਂ, ਫਿਰੋਜ਼ਪੁਰ ਤੋਂ, ਅਤੇ ਇੱਕ ਜੋਗਿੰਦਰ ਕੌਰ ਨੇ ਜੀ, ਉਹ ਹੈਗੇ ਆਪਣਾ ਪਦਰੀ ਪਿੰਡ ਤੋਂ, ਫਿਰੋਜ਼ਪੁਰ 'ਚ ਹੀ ਪੈਂਦੇ ਆ ਦੋਨੇ। ਤਾਂ ਨਗਰ ਕੀਰਤਨ ਚੱਲਦੇ ਨਗਰ ਕੀਰਤਨ 'ਚ ਇੰਸੀਡੈਂਟ ਹੋਇਆ ਅਤੇ ਬਹੁਤ ਹੀ ਅਨਫੋਰਚੁਨੇਟ ਇੰਸੀਡੈਂਟ ਹੋਇਆ ਜੀ। ਅਤੇ ਜਿਵੇਂ ਦਾ ਵੀ ਫੈਮਿਲੀ ਵੱਲੋਂ ਜੋ ਵੀ ਸਟੇਟਮੈਂਟ ਆਊਗੀ ਉਸ ਹਿਸਾਬ ਨਾਲ ਅੱਗੇ ਕਾਰਵਾਈ ਕੀਤੀ। ਅਜੇ ਕੋਈ ਉੱਧਰੋਂ ਜਿਹੜੇ ਗੁਰਦੁਆਰੇ ਸਾਹਿਬ ਤੋਂ ਕੋਈ ਜਿਹੜਾ ਪ੍ਰਬੰਧਕ ਆ ਉਹਨਾਂ ਨਾਲ ਤੁਹਾਡਾ ਕੋਈ ਰਾਬਤਾ ਕਾਇਮ ਹੋਇਆ ਜਾਂ ਨਹੀਂ? ਨਹੀਂ, ਹਲੇ ਨਹੀਂ ਹੋਇਆ, ਬਿਕੋਜ਼ ਸਾਨੂੰ ਇਨਫੋਰਮੇਸ਼ਨ ਆਈ ਹੈ ਅਤੇ ਮੈਂ ਇੱਧਰੋਂ ਫਰੀ ਹੋ ਕੇ ਫਿਰ ਉੱਧਰ ਜਾ ਕੇ ਫਿਰ ਆਪਾਂ ਦੇਖਦੇ ਹਾਂ ਕਿੱਦਾਂ ਦਾ।